पाकिस्तान दे विच जिहड़े एरिए तों आए हो, हां जी, उत्थों दी कोई इत्थे निशानी हैगी तुहाडे कोल जिहड़े एरिए च आए हो? जथा लैके जदों आए ते उहनां दा जो भी सोना चांदी जां जो भी सी, क्योंकि उह अमीर बंदे सी, उहनां कोले असला भी सी उस समें। किस तरह दी इहदी बंतर हैगी सी, विचों कोई डिवाइड कीता होया सी इस नूं जां पाकिस्तान दे विच जिहड़े एरिए तों आए हो, हां जी, उत्थों दी कोई इत्थे निशानी हैगी तुहाडे कोल जिहड़े एरिए च आए हो? ਸਾਡੇ ਬਜ਼ੁਰਗ ਜਿਹੜੇ ਆ ਨਾ, ਚੱਕ ਨੰਬਰ 16 ਨਾਗਿਆ ਵਾਲੇ ਚੱਕ ਤੋਂ ਆਏ ਸੀ। ਅੱਛਾ, ਪਾਕਿਸਤਾਨ ਦਾ ਪਿੰਡ? ਪਾਕਿਸਤਾਨ ਦਾ ਪਾਕਪਟਨ ਦੇ ਨੇੜੇ ਉਹ ਪਿੰਡ ਹੈ। ਹਾਂ, ਤੇ ਉੱਥੋਂ ਸਰਦਾਰ ਪਿਰਥਾ ਸਿੰਘ ਜੈਲਦਾਰ ਸਾਹਿਬ ਹੁੰਦੇ ਸੀ, ਜਿਹੜੇ ਕਿ ਉਸ ਸਮੇਂ ਬਹੁਤ ਅਮੀਰ ਸੀਗੇ, 1600-1700 ਕਿੱਲੇ ਦੇ ਮਾਲਕ ਸੀ ਉਹ। ਅੱਛਾ, ਤੇ ਉਹ ਉਹਨਾਂ ਨੇ ਜਥਾ ਲੈ ਕੇ ਜਦੋਂ ਆਏ ਤੇ ਉਹਨਾਂ ਦਾ ਜੋ ਵੀ ਸੋਨਾ ਚਾਂਦੀ ਜਾਂ ਜੋ ਵੀ ਸੀ, ਕਿਉਂਕਿ ਉਹ ਅਮੀਰ ਬੰਦੇ ਸੀ, ਉਹਨਾਂ ਕੋਲੇ ਅਸਲਾ ਵੀ ਸੀ ਉਸ ਸਮੇਂ, ਤੇ ਉਹ ਨਾਲ ਲੈ ਕੇ ਆਏ ਸੀ। ਤੇ ਉਹਨਾਂ ਨੇ ਉਹ ਉੱਥੋਂ ਆਪਣੀ ਤਿਜੋਰੀ, ਜਿਹਨੂੰ ਆਪਾਂ ਪੇਟੀ ਵੀ ਕਹਿ ਸਕਦੇ ਹਾਂ, ਉਹ ਨਾਲ ਹੀ ਲੈ ਕੇ ਆਏ ਸੀ। ਉਹ ਹੈਗੀ ਤੁਹਾਡੇ ਕੋਲ ਉਹ ਵਾਲੀ ਪੇਟੀ ਅਜੇ ਤੱਕ? ਹਾਂਜੀ ਹਾਂਜੀ, ਉਹ ਇੰਨੇ ਸਾਲ ਤੋਂ? ਹਾਂਜੀ ਹਾਂਜੀ ਹਾਂਜੀ, ਉਹ ਨਾ ਜੀ ਆਪਣਾ ਮੁਹੰਮਦ ਮੂਸੇ ਦੇ ਫਾਦਰ ਸਾਹਿਬ ਜਿਹੜਾ ਚੱਕ ਨੰਬਰ 16 ਦੇ ਵਿੱਚ, ਅੱਜ ਵੀ ਸ਼ਾਇਦ ਉਹਨਾਂ ਦਾ ਬਾਗ ਬਗੀਚਾ ਜਿਹੜਾ ਵਸਦਾ ਹੋਏਗਾ। ਮੁਹੰਮਦ ਈਸਾ ਤੇ ਮੁਹੰਮਦ ਮੂਸਾ ਦੋ ਤਿੰਨ ਭਰਾ ਸੀ, ਤੀਜੇ ਭਰਾ ਦਾ ਮੈਨੂੰ ਨਾਂ ਨਹੀਂ ਆਉਂਦਾ। ਤੇ ਉਹ ਉਦੋਂ ਛੋਟੇ ਛੋਟੇ ਹੁੰਦੇ ਸੀ, ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਨਾ, ਉਹ ਆਪਣਾ ਤਰਖਾਨ ਦਾ ਕੰਮ ਕਰਿਆ ਕਰਦੇ ਸੀ। ਅੱਛਾ, ਤੇ ਉਹਨਾਂ ਨੇ ਉਹ ਤਿਜੋਰੀ ਆਪਣੀ ਰਹਿਮਾਈ ਹੇਠ ਪਾਕਪਟਨ ਤੋਂ ਬਣਵਾ ਕੇ ਲਿਆਂਦੀ ਸੀ, ਕੁਛ ਆਪ ਬਣਾਈ ਸੀ, ਕੁਛ ਉੱਥੋਂ ਬਣਵਾ ਕੇ ਲਿਆਈ ਸੀ। ਉਹ ਲੱਕੜ ਦੀ ਹੈ ਜਾਂ ਲੋਹੇ ਦੀ? ਨਾ ਜੀ, ਉਹ ਲੱਕੜ ਦੀ ਸੀ, ਵਿੱਚ ਲੋਹੇ ਦੀਆਂ ਉਹਦੇ ਆਪਣਾ ਬਣੀਆਂ ਹੋਈਆਂ ਸੀ ਖਾਨੇ ਜੀ। ਅੱਛਾ, ਤੇ ਹੌਲੀ ਹੌਲੀ ਸਮੇਂ ਦੇ ਨਿਯਾਕਤ ਮੁਤਾਬਕ ਜੈਲਦਾਰ ਪਰਿਵਾਰ ਜਿਹੜਾ ਸਾਡਾ ਇੱਥੋਂ ਕੁਛ ਚਲੇ ਗਿਆ, ਕੋਈ ਹੁਣ ਕਿਤੇ ਰਹਿ ਰਿਹਾ, ਤੇ ਕੁਛ ਉਹਨਾਂ ਦੇ ਜਿਹੜੇ ਵੱਡ ਵਡੇਰੇ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਆ। ਅੱਜ ਉਹਨਾਂ ਦਾ ਬਸ ਨਿਸ਼ਾਨੀਆਂ ਹੀ ਪਈਆਂ ਜੀ। ਉਹ ਨਿਸ਼ਾਨੀ ਦਿਖਾ ਦਿਓ ਤੁਸੀਂ ਸਾਨੂੰ, ਜਿਹੜੀ ਉਹ ਹੈਗੀ, ਤਾਂ ਕਿ ਦਰਸ਼ਕ ਵੀ ਵੇਖ ਲੈਣ ਉਹ ਜਿਹੜੀ ਇੰਨੇ ਸਦੀ ਤੋਂ ਵੀ ਵੱਧ ਪੁਰਾਣੀ ਹੈਗੀ ਹੈ। ਹਾਂਜੀ, ਉਹ ਨਿਸ਼ਾਨੀ ਤੁਹਾਨੂੰ ਅਸੀਂ ਸਾਡੇ ਉੱਥੇ ਬਾਬਾ ਲੱਖੇ ਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਪਈ ਹੈ, ਜਿਹੜੀ ਤੁਹਾਨੂੰ ਅਸੀਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਿਸ਼ਾਨੀ ਹੈ ਜੀ ਉਦੋਂ ਦੀ, ਪਾਕਪਟਨ ਦੀ ਨਿਸ਼ਾਨੀ, ਚੱਕ ਨੰਬਰ 16 ਦੀ ਨਿਸ਼ਾਨੀ ਹੈ ਜੀ। ਇਹਦੇ ਵਿੱਚ ਸਾਰਾ ਕੁਛ ਆ, ਬਹੁਤ ਵਧੀਆ ਅਲਮਾਰੀ ਇਹ ਬਣੀ ਹੋਈ ਸੀ, ਇਹ ਕੁੰਡੇ ਸੀ ਜੀ, ਆ ਕਬਜੇ ਸੀ, ਇਹ ਮੁਹੰਮਦ ਮੂਸਾ, ਹਾਂਜੀ, ਉਹਨਾਂ ਦੇ ਫਾਦਰ ਸਾਹਿਬ ਵੱਲੋਂ ਪਾਕਪਟਨ ਤੋਂ ਬਣਵਾ ਕੇ ਲਿਆਂਦੀ ਗਈ ਸੀ ਜੀ। ਤੇ ਇਹਨਾਂ ਦੇ ਆ ਜਿਹੜੇ ਸਾਰਾ ਉਹੋ ਹੀ ਜੈਨਵਨ ਲੋਹਾ ਹੈ, ਇਹ ਸ਼ਾਇਦ ਹਾਂਜੀ ਹਾਂਜੀ 1800 ਕਿੰਨੇ ਚ, ਇੰਨਾ ਯਾਦ ਨੀ, ਇਹਦੇ ਤੇ ਸੰਨ ਵੀ ਲਿਖਿਆ ਹੋਇਆ ਸੀ, ਪਰ ਅੱਜ ਉਹ ਪੱਤੀਆਂ ਪੱਟੀਆਂ ਗਈਆਂ। ਹਾਂ, ਬੜਾ ਮਜ਼ਬੂਤ। ਹਾਂਜੀ ਹਾਂਜੀ, ਇੱਧਰ ਵੀ ਹੈਗਾ ਕੁਛ, ਆ ਸਾਰੇ ਕੁੰਡੇ ਕਬਜੇ, ਆ ਕਬਜੇ ਸੀ ਜੀ, ਪਰ ਇਹ ਅੱਜ ਜਿਹੜਾ ਖਸਤਾ ਹਾਲਤ ਵਿੱਚ ਪਈ ਹੈ, ਇਹਨੂੰ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੀ ਸੈੱਟ ਵੈੱਟ ਕਰਵਾ ਕੇ ਇਹਨੂੰ ਉਸ ਰੂਪ ਵਿੱਚ ਦੁਬਾਰਾ ਲਿਆਂਦਾ ਜਾਏ। ਅੱਛਾ, ਮਤਲਬ ਨਿਸ਼ਾਨੀ ਨੂੰ, ਨਿਸ਼ਾਨੀ ਹਾਂ ਸੇਮ ਰੱਖਣਾ? ਹਾਂਜੀ, ਇਹ ਸਾਡੇ ਬਜ਼ੁਰਗਾਂ ਦਾ, ਪੁਰਖਿਆਂ ਦਾ ਚੱਕ ਨੰਬਰ 16, ਨਾਗਿਆ ਵਾਲਾ ਚੱਕ, ਜਿਹਨੂੰ ਅੱਜ ਕੱਲ 16 SP ਚੱਕ ਦੇ ਨਾਂ ਨਾਲ ਪੁਕਾਰਿਆ ਜਾਂਦਾ, ਜੋ ਪਾਕਪਟਨ ਤੇ ਕੁਛ ਕੋਹ ਤੇ ਹੈ। ਅੱਛਾ, ਉੱਥੋਂ ਦੀ ਇਹ ਨਿਸ਼ਾਨੀ ਹੈ, ਸਾਡੇ ਪੁਰਖਿਆਂ ਦੇ ਨੇ ਲਿਆ ਕੇ ਇੱਥੇ ਰੱਖੀ ਸੀ ਸਾਡੀ ਉਹ ਨਿਸ਼ਾਨੀ, ਅੱਜ ਵੀ ਸਾਨੂੰ ਉਸ ਨਾਲ ਮੋਹ, ਸਾਡੇ ਪੁਰਾਣੇ ਪਿੰਡ ਨਾਲ ਮੋਹ ਪਾਉਂਦੀ ਹੈ ਇਹ ਨਿਸ਼ਾਨੀ ਜੀ। ਅੱਛਾ, ਇਹ ਤੁਸੀਂ ਇਹ ਚੀਜ਼ ਦੇਖੀ ਹੋਣੀ ਹੈ ਪਹਿਲੇ, ਹਨਾ? ਹਾਂਜੀ ਹਾਂਜੀ, ਇਹ ਕਿਸ ਤਰ੍ਹਾਂ ਦੀ ਇਹਦੀ ਬਣਤਰ ਹੈਗੀ ਸੀ, ਵਿੱਚੋਂ ਕੋਈ ਡਿਵਾਈਡ ਕੀਤਾ ਹੋਇਆ ਸੀ ਇਸ ਨੂੰ ਜਾਂ ਕਿਵੇਂ? ਪਿੰਡ ਵਿੱਚ ਖਾਨੇ ਬਣੇ ਹੋਏ ਸੀ ਜੀ। ਖਾਨੇ ਬਣੇ ਹੋਏ ਸੀ? ਹਾਂਜੀ, ਬਹੁਤ ਵਧੀਆ ਬਣੇ ਹੋਏ ਸੀ। ਹਾਂਜੀ, ਪਰ ਉਸ ਸਮੇਂ ਦੇ ਉਹ ਜਿਹਦੇ ਆਪਣਾ ਜੈਲਦਾਰ ਪਰਿਵਾਰ ਜਿਹੜਾ, ਉਹ ਜਿਹੜੇ ਵੱਡ ਵਡੇਰੇ ਸੀ ਉਹ ਤੁਰ ਗਏ,
उन्होंने फिर कोई रह नहीं गया, उन्होंने फिर बाबे लखे शाह के पवित्र अस्थान से दान वजो देती भी चल आ साडी उत्थे निशानी रख लो, ये पाकिस्तान की निशानी है, पाक पटन तो बन के आई है, तो चक नंबर 16 दे विच इहदा वसेबा होया, दे अज चक पक्षी दे विच भी यह वसेबा हो रहा है। अच्छा सर, आपां अंग्रेज सिंह जी आपां गल जारी रखते हैं, पहले यह दस दो कि चक पक्षी किहड़े जिले का पिंड है, तहसील किहड़ी लगती है? चक पक्षी जी जिला अजकल फाइलक है। अच्छा, तहसील भी फाइलक है, थाना जिहड़ा अरनी वाला शेख सुभान है, इस तो पहला जिला फिरोजपुर दे विच हुंदा सी, ते तहसील फाजिलका हुंदी सी। अच्छा, फाजिलका इत्थों किन्नी क वाट ते होना है? करीब 19 किलोमीटर है जी। 19 किलोमीटर, चलो आपां हुण फाजिलका ते जलालाबाद दे सेंटर दे विच लिंक रोड आउंदी सी। हां जी, हुण तां चलो मिनी जीडी रोड बनी हुई है, बहुत वधिया है, आवाजाई दे जिहड़े साधन जिहड़े बहुत इत्थे आउंदे है, इह सेंटर दे विच पिंड आउंदा है। फाजिलका तो जलालाबाद वाया चक पक्षी जाइए ते करीब 38 किलोमीटर बनता है, जो फाजिलका तो जीटी रोड से सीधा जाइए तो 32-33 किलोमीटर बनता है। क्या बात। अच्छा, आपां गल इहदी पेटी की कर रहे हैं, इस चीज की इहदे विच पुराने वक्त च की रखते होंगे सीगे, कुछ जानकारी वह भी दे दो सानू। जिन्नी क मेर नूं सूझ है माड़ी मोटी, उस मुताबक जैलदार जिहड़े अपने सरदार कृपाल सिंह सी मेरे संभाले मुताबक, हाँ जी, ਉਹ ਦੱਸਦੇ ਹੁੰਦੇ ਸੀ ਇਹਦੇ ਵਿੱਚ ਸਾਡਾ ਪੈਸਾ ਧੇਲਾ ਸੋਨਾ ਚਾਂਦੀ ਹੁੰਦੇ ਸੀ ਇਹਦੇ ਵਿੱਚ। ਹਾਂਜੀ, ਇਹ ਬਹੁਤ ਵਧੀਆ ਬਣੀ ਹੋਈ ਸੀ, ਇਹਦੇ ਵਿੱਚ ਖਾਨੇ ਐਸੇ ਬਣੇ ਤਜੋਰੀ ਟਾਈਪ ਤੇ ਸੀ, ਬਹੁਤ ਵਧੀਆ ਸੀ ਇਹ। ਅੱਜ ਚਲੋ ਇਹ ਸਮੇਂ ਦੇ ਲਿਹਾਜ਼ ਮੁਤਾਬਕ ਖਰਾਬ ਹੋ ਗਈ, ਵੇਖੋ ਲੱਕੜ ਵੇਖੋ, ਅੱਜ ਵੀ ਇਹਨੂੰ ਘੁਣ ਨਹੀਂ ਲੱਗਿਆ ਜੀ। ਹਾਂ, ਬੜੀ ਬਹੁਤ ਵਧੀਆ ਪਈ ਹੈ ਤਾਂ, ਹਨਾ, ਸਾਰੀ ਚੀਜ਼ ਲੋਕਾਂ ਦੀ। 18ਵੀਂ ਸਦੀ ਦੀ ਗੱਲ ਹੈ ਜੀ, ਇਹ ਜਦੋਂ ਬਣੀ ਹੈ 18ਵੀਂ ਸਦੀ ਚ ਬਣੀ ਹੈ। ਹਾਂਜੀ, ਤੇ ਹੁਣ 20ਵੀਂ ਸਦੀ ਆ ਗਈ, 200 ਸਾਲ ਹੋ ਗਿਆ ਅੰਤਾਜ਼ਾ ਵੀ ਜਿਹੜਾ ਇਹ ਅੱਜ ਵੀ ਇਹ ਪੇਟੀ ਪ੍ਰਫੁੱਲਤ ਪਈ ਹੈ, ਕੁਛ ਹਾਲਾਤਾਂ ਕਰਕੇ ਇਹਦੇ ਕੁੰਡੇ ਕਬਜ਼ੇ ਨਾ ਸੰਭਾਲਣ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ। ਹਾਂ, ਤੇ ਚਲੋ ਤੁਸੀਂ ਉਧਰੋਂ ਪਾਕਿਸਤਾਨ ਤੋਂ ਇਹ ਇੱਥੇ ਕਿਵੇਂ ਆ ਗਈ? ਇੱਥੇ ਇਹਨਾਂ ਦੇ ਅਮੀਰ ਬੰਦਿਆਂ ਦੇ ਮੁਲਾਜ਼ਮ ਹੁੰਦੇ ਸੀ ਜੀ। ਹਾਂਜੀ, ਉਹਨਾਂ ਨੇ ਆਪਣੇ ਘੋੜਿਆਂ ਤੇ ਲੱਦ ਕੇ ਲਿਆਂਦੇ ਸੀ ਜੀ ਇਸ ਪੇਟੀ ਨੂੰ। ਹਾਂਜੀ, मतलब पार्टीशन दे वक्त जदों हिंदुस्तान पाकिस्तान दी 1947 दे विच वंड होई सी ना जी, उदों इस पेटी नूं जो भी सोना चांदी जिन्ना भी कुछ हो सकिया उन्होंने इस पेटी ते अपना विच सी, ते ओ घोड़े उत्ते लद के लैके आए सी, क्योंकि उन्हां कोल असला सी, कोई नेड़े तां कोई उन्हां दे आया नहीं। बिल्कुल, बड़ी तुसीं इक हैरानी वाली गल दसी है। चलो उस तो बाद ओ पिंड दे विच ओ आके आबाद हो गए, जिहड़े परिवार लियाए। हाँ जी, ठीक है, फिर इत्थे अपने इत्थे किद्दां पहुंची दरबार ते? 1982 दी गल है जी इह, करीब 1982 क दी। हाँ, उदों इत्थे बाबे लखे शाह ते मेला लगदा हुंदा सी 28-29 जनवरी दा जी, 15-16 माघ देसी महीने दे विच। हाँ जी, ते इत्थे भांडे रखण दी दिक्कत बड़ी आउंदी सी। अच्छा, क्योंकि लोग आर्थिक पक्षों कमजोर सी, पैसे धेले विच कुछ कमजोरियां सी, ते ओह जैलदारां ने फिर पेटी दित्ती वी है, साडी निशानी रख दिया जी उत्थे, ते इहदे विच तुसीं बर्तन जिहड़े भांडे है जां कोई भी चीज़ सांभ संभाल कर सको। फिर उन्हां ने इह चकाई सी, इह इन्नी भारी सी कि असीं 4-5 बंदे चुक के लियाए सी। कमाल। हाँ जी, अज भी तुसीं वजन वेखो, चक के वेखण नूं लग रही है जिवें हौली लगदी है पर भारी बहुत है। लक्कड़ भी पता नहीं केड़ी लगी हुई है, ना तो किधरों खाजी है, ना कोई सियोंक किसी चीज का ये कोई असर नहीं होया। हाँ जी, ते इस चीज नू क्योंकि निशानी है। हाँ जी, है ना, बहुत कीमती निशानी एक तरह की कह सकते हैं। हाँ जी, हाँ जी, की तुसी एदी हुण कोई मतलब रिपेयर करवा रहे हो या किवें संभाल कर रहे हो? ये असी हुण सोचिया भी इहना दी दुबारा हुण लक्कड़ साडे कोल आई पई है, इनू सेट वेट करके सारा कुछ हूबहू उवें तैयार करके रंग रोगन करके ये निशानी रखनी ते उत्ते लिख देना चक नंबर 16। ओह वेरी गुड, SP पाक पटन भी साडे पुरखियां दे पिंड दी निशानी अज भी साडे कोले हैगी, असीं इहनू अज भी सजदा सलाम करदे आ जी। बड़ी वधिया गल है, और साथियों नू अपील भी है कि जिहड़ी तुहाडे कोलों वडकियां दी निशानी है उस दी संभाल करो, अपनी विरासत है, अगर विरासत की संभाल होएगी
तो पंजाब खास तौर पर मैं पंजाब की गल करांगा, चढ़ते ते लेंदे पंजाब की, तो पंजाब साडा जिहड़ा वो वैसे भी विरासत के नाँ तो बड़ा मशहूर है और अगे ही वधदा जाएगा। धन्यवाद, बहुत बहुत शुक्रिया सरदार अंग्रेज सिंह जी, बड़ी मेहरबानी। बहुत धन्यवाद जी, जिहड़ा तुसीं इत्थे बराजे हो, असीं रंगला बंगला दी सारी टीम नूं बहुत शुक्र अदा आखदे आ, जिहड़े तुसीं इस थां ते दुबारा आउंदे हो, ते साडे कोल ओह अलफाज नहीं जिंदा नाल असीं तुहाडा धन्यवाद कर सकीए। इन्ना ही कहिंदे खेमा दे जाचकां जी, धन्यवाद।